ਦਾ ਕਿਹੜਾ ਸ਼ੌਂਕ ਨਿੱਤ ਲਾਈਏ ਧਰਨੇ ਤੂੰ ਹੀ ਰੱਖਦੀਆਂ ਲਾਰੀਆਂ ਚਿੱਲਾ ਕੇ ਹੁਣ ਦੱਸ ਕਾਹਦਾ ਤੇਰੇ ਤੇ ਯਕੀਨ ਕਰੀਏ ਨੀ ਡੇਢ ਸਾਲ ਪਹਿਲਾਂ ਮੋੜ ਤੇ ਬਿਠਾ ਕੇ ਪਹਿਲਾਂ 700 ਕਿਸਾਨ ਕੁਰਬਾਨੀ ਦੇ ਗਿਆ ਨੀ ਤੇਰੇ ਕਾਲੇ ਅੰਕ ਨੂੰ ਨਾ ਹੇਠ ਆ ਕੇ ਗੱਲ ਕਹਿਣ ਲੱਗਾ ਜਿਹੜੀ ਸੁਣੀ ਖੋਲ ਕੇ ਤੂੰ ਕੰਨ ਚੱਲੂ ਐਤਕੀ ਪ੍ਰੋਗਰਾਮ ਵਨ ਆਨ ਵਨ ਉਹ ਜਾਂ ਲਾਡਲੀਆਂ ਮੇਰ ਕਰਤਾਰ ਦੀ ਹੋਊ ਨੀ ਮੈਂ ਕਿਹਾ ਦਿੱਲੀਏ ਸਾਰੇ ਲੜਾਈ ਯਾਰ ਪਾਰ ਦੀ ਹੋਊ ਨੀ ਮੈਂ ਕਿਹਾ ਦਿੱਲੀਏ ਸਬਰ ਜਹੰਕਾਰ ਦੀ ਹੋ ਨੀ ਮੈਂ ਖਿਆ ਦਿੱਲੀ ਏ ਇਸ ਵਾਰ ਲੜਾਈ ਯਾਰ ਪਾਰ ਦੀ ਹੋ ਨੀ ਮੈਂ ਖਿਆ ਦਿੱਲੀ ਏ ਤੇਰਾ ਜਿਹੜੇ ਅੰਨ ਬੀਜਦੇ ਤੂੰ ਫਿਰੇ ਉਹਨਾਂ ਦੇ ਰਾਹਾਂ ਵਿੱਚ ਕਿੱਲਾਂ ਗੱਡਦੀ ਜਿਵੇਂ ਦੂਜੇ ਕਿਸੇ ਦੇਸ਼ ਨਾਲ ਲੱਗੀ ਹੋਵੇ ਜੰਗ ਨੀ ਤੂੰ ਫਿਰਦੀ ਕਿਸਾਨਾਂ ਉੱਤੇ ਗੋਲੇ ਛੱਡਦੀ ਜੇ ਨਾਨ ਦਾਦੇ ਨਾਲ ਰੱਖਦੀ ਐ ਵੈਰ ਫਿਰ ਮਾਰਦੀ ਕਿਉਂ ਨੀ ਸਿੱਧੇ ਹਿੱਕਾਂ ਵਿੱਚ ਫੈਰ ਜਿੰਨੇ ਕਰੇਂਗੀ ਤੂੰ ਪੈਰੇ ਉਨੀ ਉੱਠੂਗੀ ਇਹ ਲਹਿਰ ਜੇ ਗੱਲ ਵਧੀ ਜ਼ਿੰਮੇਵਾਰੀ ਸਰਕਾਰ ਦੀ ਹੋ ਨੀ ਮੈਂ ਖਿਆ ਦਿੱਲੀਏ ਇਸ ਵਾਰ ਲੜਾਈ ਯਾਰ ਪਾਰ ਦੀ ਹੋ ਨੀ ਮੈਂ ਖਿਆ ਦਿੱਲੀਏ ਜਿੱਤ ਵੇਖਾਂਗੇ ਸਬਰ ਜਹੰਕਾਰ ਦੀ ਹੋ ਨੀ ਮੈਂ ਖਿਆ ਦਿੱਲੀਏ ਇਸ ਵਾਰ ਲੜਾਈ ਯਾਰ ਪਾਰ ਦੀ ਹੋ ਨੀ ਮੈਂ ਖਿਆ ਦਿੱਲੀਏ ਨੌਜਵਾਨੀ ਨੂੰ ਅਪੀਲ ਫਿਰ ਹੋਈਏ ਲਾਮ ਬੰਦ ਮੁੜ ਬਾਬਿਆਂ ਦੇ ਨਾਲ ਖੜ ਜਾਈਏ ਬਣ ਕੰਧ ਨਾਲੇ ਇਹਨਾਂ ਨੂੰ ਦਿਖਾਈਏ ਦੇਸੀ ਟੈਕਨੋਲੋਜੀ ਆ ਜੋ ਸਿੱਟੀਏ ਡਰੋਨ ਆਪਾਂ ਝਾੜ ਕੇ ਪਤੰਗ ਅੱਡੇ ਵੇਖ ਲੈ ਟਰੈਕਟਰਾਂ ਨੂੰ ਚੜੇ ਆਏ ਚਾ ਉਹਨਾਂ ਰਾਹਾਂ ਨੂੰ ਫਿਰ ਚਾਈ ਚਾਈ ਡੀਕਦੇ ਇਹਨਾਂ ਲਾਏ ਜਿਹੜੇ ਬੈਰੀਗੇਟ ਕਰਨੇ ਨੂੰ ਪਾਸੇ ਮੂਹਰੇ ਖੜੇ ਹਰਿਆਣੇ ਵਾਲੇ ਭਾਈ ਡੀਕਦੇ ਤੇਰੀ ਭੇਜੀ ਇੰਟੈਲੀਜੈਂਸ ਤਾੜਦੀ ਹੋ ਨੀ ਮੈਂ ਕਿਹਾ ਦਿੱਲੀਏ ਇਸ ਵਾਰ ਲੜਾਈ ਯਾਰ ਪਾਰ ਦੀ ਹੋ ਨੀ ਮੈਂ ਕਿਹਾ ਦਿੱਲੀਏ ਜਿੱਤ ਵੇਖਾਂਗੇ ਸਬਰ ਜਹੰਕਾਰ ਦੀ ਹੋ ਨੀ ਮੈਂ ਕਿਹਾ ਦਿੱਲੀਏ ਇਸ ਵਾਰ ਲੜਾਈ ਯਾਰ ਪਾਰ ਦੀ ਹੋ ਨੀ ਮੈਂ ਕਿਹਾ ਦਿੱਲੀਏ।